ਮੇਰੀ ਕਿਸਮਤ ਮਾੜੀ ਨਿਕਲੀ, ਮੇਰੀ ਅੱਜ ਕਿਸਮਤ ਮਾੜੀ ਨਿਕਲੀ, ਪਤਾ ਕੀ ਹੋਇਆ ਅੱਜ ਮੇਰੇ ਨਾਲ, ਅੱਜ ਨਾ ਮੈਂ ਐਵੋਕਾਡੋ ਲੈ ਕੇ ਆਈ ਹੈ, ਸਾਰਾ ਖਰਾਬ ਨਿਕਲਿਆ ਗਾਈਸ, ਯੂ ਨੋ 149 ਦਾ, ਤੇ ਮੈਂ ਕਿਹਾ ਵੇਟ ਕਰੋ ਮੈਂ ਜਾ ਕੇ ਤੁਹਾਨੂੰ ਦੱਸਦੀ ਹਾਂ, ਪਤਾ ਅੱਜ ਮੇਰਾ ਐਵੋਕਾਡੋ ਖਰਾਬ ਤੋਂ ਨਿਕਲਿਆ ਨਾ, ਯੂ ਨੋ ਇਟਸ ਸੋ ਐਕਸਪੈਂਸਿਵ, ਯੂ ਨੋ ਦੈਟ 149 ਦਾ ਈਚ, ਤੇ ਇਹਦਾ ਸਟਿੱਕਰ ਵੀ ਲੱਗਾ ਹੋਇਆ ਆ, ਤੇ ਇੰਨੇ ਲੋਕ ਖਰਾਬ ਆ ਕਿ ਆਹ ਵੇਲੋ ਗਲੀ ਸਾਡੀ ਚੀਜ਼ ਦਿੰਦੇ ਆ ਸਾਰਾ, ਮੈਂ ਤੁਹਾਨੂੰ ਲਾਗੋ ਦੀ ਕੈਮਰਾ ਕਰਕੇ ਦਿਖਾਲਦੀ ਆ, ਓਕੇ ਮੈਂ ਹੁਣੇ ਦਿਖਾਲਦੀ ਆ ਤੁਹਾਨੂੰ ਲਾਗੋ ਦੀ ਕੈਮਰਾ, ਆਹ ਵੇਖੋ ਗਾਈਸ, ਅਸ਼ੂ ਨਾ ਮੈਂ ਬਸ ਕੱਟੀ ਆਈ ਆ, ਮੈਂ ਖਾਣ ਹੀ ਲੱਗੀ ਸੀ, ਇੰਨਾ ਖਰਾਬ ਨਿਕਲਿਆ ਆ ਸਾਰਾ ਇੱਥੋਂ ਵਿੱਚੋਂ, ਤੇ ਮੈਨੂੰ ਇਹਨੂੰ ਵੀ ਬਾਹਰ ਮੋਟੇ ਨੂੰ, ਇਹਨੂੰ ਮੋਟੇ ਨੂੰ ਬਾਹਰ ਕੱਢਿਆ, ਇਹਨੂੰ ਮੋਟੇ ਨੂੰ, ਤੇ ਇਹਦੇ ਵਿੱਚੋਂ ਵੀ ਖਰਾਬ ਨਿਕਲਿਆ। Hi guys, so guys, welcome back to my channel again. So Punjabi family, fun family. Tan Guru Nanak Nanak Ji. ਗੁੱਡ ਮਾਰਨਿੰਗ ਗਾਈਸ, ਸੋ ਗਾਈਸ ਕੀ ਹਾਲ ਚਾਲ ਸਾਰਿਆਂ ਦਾ, ਠੀਕ ਠਾਕ, ਵਾਹਿਗੁਰੂ ਜੀ ਦੀ ਕਿਰਪਾ, ਸਾਰੇ ਚੜ੍ਹਦੀ ਕਲਾ, ਐਂਡ ਮੈਂ ਵੀ ਚੜ੍ਹਦੀ ਕਲਾ ਵਿੱਚ ਆ, ਮੋਰਨਿੰਗ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਹੈ ਗਾਈਸ। ਸੋ ਗਾਈਸ ਲੱਗਦਾ ਰੇਨਿੰਗ ਹੋਣੀ ਆ ਅੱਜ, ਤੇ ਬੱਚੇ ਚੱਲੇ ਆ ਸਕੂਲ, ਆਫੀ ਗਿੱਲਾ ਹੋਇਆ ਪਿਆ ਬਾਹਰ, ਤੁਹਾਨੂੰ ਦਿਖਾਈ ਦਿੰਦੀ ਵੈਦਰ, ਜਾਂ ਗਿੱਲਾ ਗਿੱਲਾ ਹੋਇਆ ਪਿਆ ਸਾਰਾ। ਸੋ ਫਾਈਨਲੀ ਬੱਚੇ ਹੁੰਦੇ ਪਏ ਆ ਰੈਡੀ ਸ਼ੈਡੀ, ਤੇ ਛੱਡ ਕੇ ਆਉਂਦੀ ਉਹਨਾਂ ਨੇ ਸਕੂਲ, ਫਿਰ ਮਿਲਦੇ ਆ ਤੁਹਾਨੂੰ ਆਫਟਰ ਬਾਅਦ ਵਿੱਚ। ਗਾਈਸ ਫਾਈਨਲੀ ਬੱਚਿਆਂ ਨੂੰ ਛੱਡ ਕੇ ਆਈ ਆ, ਬਾਹਰ ਤਾਂ ਰੇਨਿੰਗ ਖੋਲ ਦਿੱਤੇ, ਸ਼ੋ ਮੈਂ ਸ਼ੋ ਖੋਲਿਆ, ਇੱਥੇ ਕੋਟ ਹੈਂਗ ਕੀਤਾ, ਤੇ ਮੈਂ ਚੱਲਦੀ ਆ ਕਿਚਨ 'ਚ ਹੈਂਡ ਵਾਸ਼ ਕਰਕੇ, ਫਿਰ ਬਣਾਉਂਦੀ ਹਾਂ ਕੱਪ ਆਫ ਟੀ। Hi guys, welcome back to my channel. I hope everyone is okay. So guys, ਕੀ ਹਾਲ ਚਾਲ ਸਾਰਿਆਂ ਦਾ, ਠੀਕ ਠਾਕ, ਵਾਹਿਗੁਰੂ ਜੀ ਦੀ ਕਿਰਪਾ, ਸਾਰੇ ਚੜ੍ਹਦੀ ਕਲਾ, ਐਂਡ ਮੈਂ ਵੀ ਚੜ੍ਹਦੀ ਕਲਾ ਵਿੱਚ ਆ। ਸੋ ਗਾਈਸ ਅੱਜ ਦਾ ਵਲੋਗ ਵੀ ਵੈਰੀ ਇੰਟਰਸਟਿੰਗ ਆ, ਡੇਲੀ ਰੂਟੀਨ ਡੇਲੀ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਗਾਈਸ। ਸੋ ਗਾਈਸ ਚਲੋ ਅੱਜ ਕਰਦੇ ਹਾਂ ਡੇਲੀ ਰੂਟੀਨ ਸਟਾਰਟ। ਸੋ ਬੱਚਿਆਂ ਨੂੰ ਮੈਂ ਸਕੂਲ ਆਲਰੇਡੀ ਡਰੋਪ ਕਰ ਦਿੱਤਾ, ਬਿਕੋਜ਼ ਯੂ ਨੋ ਦਾ ਅੱਜ ਮੋਰਨਿੰਗ ਟਾਈਮ ਇੰਨੀ ਰੇਨਿੰਗ ਹੋ ਗਈ ਸੀ ਨਾ, ਕਹਿੰਦੇ ਸੀ 11 o'clock ਤੱਕ ਹੋਣੀ ਆ। ਸੋ ਮੈਂ ਬੱਚਿਆਂ ਨੂੰ ਡਰੋਪ ਕਰਕੇ, ਵਾਕਈ ਮੈਂ ਅਮਰੇਲਾ ਵੀ ਸਾਡਾ ਟੁੱਟ ਗਿਆ, ਥੱਲੇ ਸੁੱਟਣਾ ਪਿਆ ਅਮਰੇਲੇ ਨੂੰ ਅੱਜ, ਫਤਿਹ ਸਿੰਘ ਦਾ ਅਮਰੇਲਾ ਐਕਚੁਅਲੀ, ਮੈਂ ਤਾਂ ਹੈਟ ਨਾ ਕਵਰ ਕਰ ਲਿਆ ਸੀ ਨਾ, ਲੌਂਗ ਕੋਟ ਪਾ ਲਿਆ ਸੀ ਗਰਮ ਵਾਲਾ। ਸੋ ਫਾਈਨਲੀ ਹੁਣ ਕਰਦੇ ਹਾਂ ਰੂਟੀਨ ਸਟਾਰਟ, ਅਤੇ ਜੋ ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਮੈਂਟ ਵੀ ਕਰਦੇ ਹੋ, ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ, ਦਿਲ ਨਾਲ ਤੁਹਾਡਾ ਥੈਂਕ ਯੂ ਐਂਡ ਧੰਨਵਾਦ, ਇਸੇ ਤਰ੍ਹਾਂ ਹੀ ਮੇਰੇ ਨਾਲ ਜੁੜੇ ਰਹੋ, ਅਤੇ ਅੱਗੇ ਤੋਂ ਵੀ ਮੈਨੂੰ ਬਹੁਤ ਸਾਰਾ ਪਿਆਰ ਦਿਆ ਕਰੋ। ਥੈਂਕ ਯੂ ਸੋ ਮੱਚ, ਵਾਹਿਗੁਰੂ ਤੁਹਾਡੇ ਸਾਰਿਆਂ ਦੇ ਦਿਲ ਦੀਆਂ ਇੱਛਾਵਾਂ ਵੀ ਪੂਰੀਆਂ ਕਰਨ, ਵਾਹਿਗੁਰੂ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਬਖਸ਼ਣ। ਥੈਂਕ ਯੂ ਸੋ ਮੱਚ, ਐਂਡ ਮੈਂ ਆਪਣੇ ਪਾਕਿਸਤਾਨ ਵੀਰ ਭੈਣਾਂ ਵਾਲੇ ਵੀ ਥੈਂਕ ਯੂ ਬਹੁਤ ਕਰਦੀ ਹਾਂ, ਉਹਨੂੰ ਵੀ ਬਹੁਤ ਮੈਨੂੰ ਸਪੋਰਟ ਕਰਦੇ ਪਏ ਨੇ, ਲਾਈਕ ਮੈਂ ਕਮੈਂਟ ਪੜ੍ਹਦੀ ਹਾਂ ਉਹਨਾਂ ਦੇ ਵੀ, ਅਤੇ ਮੈਨੂੰ ਬਹੁਤ ਉਹਨਾਂ ਦੇ ਸਪੋਰਟ ਆਉਂਦੇ ਪਏ ਨੇ, ਥੈਂਕ ਯੂ ਸੋ ਮੱਚ, ਥੈਂਕ ਯੂ। ਮੇਰੇ ਸਬਸਕ੍ਰਾਈਬਰ ਵੀ ਉਹਨਾਂ ਦੇ ਵੱਲੋਂ ਵੀ ਹੁਣ ਥੋੜ੍ਹੇ ਵਧੇ, ਪਹਿਲੇ ਨਾ ਇੱਕਦਮ ਹੀ ਡਰੋਪ ਹੋ ਗਏ ਸੀ, ਪਤਾ ਨਹੀਂ ਕੀ ਹੋਇਆ, ਜਦੋਂ ਮੈਂ ਸ਼ੋਰਟ ਵੀਡੀਓ ਅਪਲੋਡ ਕੀਤੀ ਹੈ ਨਾ, ਉਹਦੇ ਨਾਲ ਮੇਰੇ ਸਬਸਕ੍ਰਾਈਬਰ ਨਾ ਡਰੋਪ ਹੋਣੇ ਸ਼ੁਰੂ ਹੋ ਗਏ ਸੀ, ਐਂਡ ਜਦੋਂ ਮੈਂ ਹੁਣ ਅਪਲੋਡ ਕਰੀ ਜਾਂਦੀ ਹਾਂ, ਅਤੇ ਪਾਕਿਸਤਾਨ ਵਾਲੇ ਵੀਰ ਭੈਣ ਵੀ ਸਬਸਕ੍ਰਾਈਬ ਕਰਦੇ ਪਏ ਆ, ਅਤੇ ਉਹ ਮੈਨੂੰ ਥੱਲੇ ਕਮੈਂਟ ਵੀ ਦਿੰਦੇ ਪਏ ਆ, ਅਤੇ ਬਹੁਤ ਹੀ ਚੰਗਾ ਲੱਗਦਾ ਮੈਨੂੰ ਕਿ ਆਪਣੀ ਖੁਸ਼ੀ ਮਿਲਦੀ, ਬਹੁਤ ਹੀ ਜ਼ਿਆਦਾ, ਆਈ ਐਮ ਸੋ ਹੈਪੀ, ਥੈਂਕ ਯੂ ਸੋ ਮੱਚ ਐਵਰੀਵਨ, ਥੈਂਕ ਯੂ। ਓ ਮਾਈ ਗੋਡ, ਅੱਜ ਨਾ ਕੱਪੜਿਆਂ ਦੇ ਭੰਡਾਰ ਲੱਗਾ ਹੋਣਾ, ਵਾਈਟ ਕੱਪੜੇ ਧੋਤੇ ਆ ਵਿੱਚ, ਤੇ ਗਰੁੱਪ ਦੇ ਫਤਿਹ ਦੇ ਵਾਈਟ ਵਾਲੇ, ਆਹ ਵਾਲੇ ਦੂਸਰੇ ਆ ਕਲਰਫੁੱਲ ਵਾਲੇ, ਸੋ ਡਿਫਰੈਂਟ ਡਿਫਰੈਂਟ ਆ, ਅਤੇ ਹੁਣ ਮੈਂ ਕੱਪ ਆਫ ਟੀ ਬਣਾਉਂਦੀ ਹਾਂ, ਅਤੇ ਮਿਲਦੀ ਹਾਂ ਗਾਈਸ ਤੁਹਾਨੂੰ, ਕੱਪ ਚੁੱਕ ਲਾਂ, ਸੋ ਮਿਲਦੀ ਹਾਂ ਗਾਈਸ ਤੁਹਾਨੂੰ। ਸੋ ਗਾਈਸ ਫਾਈਨਲੀ ਮੈਂ ਬਣਾਈ ਆ ਟੀ, ਐਂਡ ਨਾ ਮੈਂ ਨਾ ਬਿਸਕਿਟ ਪੈ ਕੇ ਚੱਲ ਚੈੱਕ ਕਰਦੀ ਹਾਂ ਬਰਾਊਨ, ਇੱਕ ਬਿਸਕਿਟ ਨਹੀਂ ਹੈਗਾ। ਸੋ ਗਾਈਸ ਬਾਹਰ ਇੱਕਦਮ ਹੀ ਰੇਨਿੰਗ ਆ ਗਈ, ਮੈਂ ਫਟਾਫਟ ਆਹ ਜਿਹੜੇ ਕੱਪੜੇ ਲਾਏ ਆ, ਅਤੇ ਉਹ ਕੱਪੜੇ ਮੈਂ ਹੁਣ ਫਟਾਫਟ ਠੱਪ ਕੇ ਰੱਖਦੀ ਹਾਂ, ਕਿ ਆਹ ਸਾਰੇ ਸੁੱਕੇ ਆ ਐਕਚੁਅਲੀ, ਅਤੇ ਬੱਚਿਆਂ ਦੇ ਹੀ ਆ, ਅਤੇ ਮੇਰੇ ਵੀ ਅਤੇ ਉਹਨਾਂ ਦੇ ਵੀ, ਅਤੇ ਸੋ ਆਹ ਕੱਪੜਿਆਂ ਨੂੰ ਮੈਂ ਫਟਾਫਟ ਠੱਪਦੀ ਹਾਂ, ਅਤੇ ਆਹ ਮੈਂ ਕਲੀਨਿੰਗ ਆਲਰੇਡੀ ਤੁਸੀਂ ਦੇਖ ਸਕਦੇ ਹੋ, ਮੈਂ ਸਾਰੀ ਕਰ ਲਈ ਸੀ ਪਹਿਲੇ, ਸੋ ਮੈਂ ਪਹਿਲੇ ਕਰ ਲਈ ਸੀ ਆਹ ਕਲੀਨਿੰਗ, ਉਹ ਨਾ ਮੇਰੀ ਟੀ ਮੈਂ ਕਿਚਨ 'ਚ ਬਣਾ ਕੇ ਆਈ ਹਾਂ, ਅਤੇ ਮੈਂ ਟੀ ਪੀਣ ਹੀ ਲੱਗੀ ਸੀ, ਅਤੇ ਰੇਨਿੰਗ ਸਟਾਰਟ ਹੋ ਗਈ ਸੀ। ਸੋ ਫਾਈਨਲੀ ਮੈਂ ਤਾਂ ਲੈਂਦੀ ਹਾਂ ਟੀ, ਪਹਿਲਾਂ ਪੀਂਦੀ ਹਾਂ ਇੱਕ, ਅੱਧਾ ਦੂਸਰਾ ਮੈਂ ਬਿਸਕਿਟ ਲੈ ਲੈਂਦੀ ਹਾਂ ਇਹਦੇ ਵਿੱਚੋਂ ਸ਼ਾਇਦ। ਆਲਰਾਈਟ ਗਾਈਸ, ਮਿਲਦੀ ਹਾਂ ਤੁਹਾਨੂੰ ਬਾਅਦ ਵਿੱਚ।
ਸੋ ਲਓ ਜੀ ਗਾਈਸ, ਇੱਧਰ ਸਾਰੇ ਕੱਪੜੇ ਮੈਂ ਚੁੱਕ ਕੇ ਟਾਈਡੀ ਅਪ ਕਰਕੇ ਰੱਖ ਦਿੱਤੇ ਆ। ਸੋ ਇੱਧਰ ਵੀ ਜਿਹੜੇ ਕੱਪੜੇ ਸੀ ਆ ਵੀ ਮੈਂ ਸਾਰੇ ਠੱਪ ਦਿੱਤੇ ਆ, ਸੁੱਕੇ ਆ। ਚਲੋ ਇਹਨੂੰ ਪਾਉਂਦੀ ਹਾਂ ਮੈਂ ਡਰੋਵਾਂ ਵਿੱਚ ਅਤੇ ਤੁਹਾਨੂੰ ਦਿਖਾਉਂਦੀ ਹਾਂ। ਸਿਰਫ ਬਾਅਦ ਵਿੱਚ ਜਾਣਾ, ਬੱਚਿਆਂ ਨੂੰ ਪਿੱਕ ਕਰਨ ਟਾਈਮ ਵੀ ਹੋ ਚੱਲਿਆ ਆ। ਫਾਈਨਲੀ ਇੱਥੇ ਸਾਰਾ ਟਾਈਡੀ ਅਪ ਹੋ ਚੁੱਕਾ ਆ ਅਤੇ ਫਿਰ ਚੱਲਦੇ ਆ ਬੱਚਿਆਂ ਨੂੰ ਪਿੱਕ ਕਰਨ ਅਤੇ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਗਾਈਸ। ਸੋ ਗਾਈਸ, ਮੈਨੂੰ ਨਾ ਫਤਿਹ ਸਿੰਘ ਨੂੰ ਪਿੱਕ ਕਰਨ ਜਾਣਾ ਸੀ, ਟਾਈਮ ਬਹੁਤ ਹੀ ਜ਼ਿਆਦਾ ਹੋ ਗਿਆ। ਡੋਰ ਕਰਦੇ ਆ ਕਲੋਜ਼। ਸੋ ਆ ਨਾ, ਮੇਰਾ ਬਿਨ ਆਲਵੇਜ਼ ਇੱਥੇ ਪਿਆ ਰਹਿੰਦਾ, ਇਹਨੂੰ ਪਿੱਕ ਕਰਨੀ ਆ। ਸੋ ਫਟਾਫਟ ਆ ਜੇ ਲਿਫਟ। ਸੋ ਗਾਈਸ, ਇਹਨੂੰ ਵੀ ਨਾਲ ਹੀ ਮੈਂ ਬਿਨ ਵਿੱਚ ਪਾਉਂਦੀ ਜਾਊਂਗੀ, ਫਿਰ ਮੈਂ ਕਿਹਾ ਸੁੱਟ ਦੂੰਗੀ ਨਾ, ਨਾਲ ਹੀ ਲਿਫਟ ਆ ਜੂਗੀ ਅਤੇ ਥੱਲੇ ਸੁੱਟ ਦੂੰਗੀ। ਸੋ ਗਾਈਸ, ਫਾਈਨਲੀ ਸਾਡੀ ਲਿਫਟ ਆ ਚੁੱਕੀ ਹੈ ਅਤੇ ਫਟਾਫਟ ਵੜਦੇ ਅੰਦਰ। ਓ ਮਾਈ ਗੁੱਡਨੈਸ, ਇਹਨੂੰ ਵੀ ਚੱਕਣਾ ਪੈਂਦਾ ਬਾਰ ਬਾਰ। ਸੋ ਲਓ ਜੀ, ਇਹਨੂੰ ਲਿਫਟ ਨੂੰ ਨੱਪਦੇ ਹਾਂ, ਫਟਾਫਟ ਚੱਲਦੇ ਹਾਂ। ਸੋ ਗਾਈਸ, ਮੈਂ ਨਾ ਫਟਾਫਟ ਜਾਂਦੀ ਹਾਂ ਬੱਚਿਆਂ ਨੂੰ ਪਿੱਕ ਕਰਨਾ ਅਤੇ ਗਰੁੱਪ ਨੂੰ ਪਿੱਕ ਕਰਨਾ ਲੇਟ। ਐਕਚੁਅਲੀ ਪਹਿਲੇ ਫਤਿਹ ਨੂੰ ਪਿੱਕ ਕਰਨਾ, ਫਿਰ ਤੇ ਗਰੁੱਪ ਨੂੰ, ਫਿਰ ਮਿਲਦੀ ਹਾਂ ਤੁਹਾਨੂੰ ਬਾਅਦ ਵਿੱਚ ਗਾਈਸ। ਰਸਤੇ ਵਿੱਚ ਵਿਖਾਵਾਂਗੇ ਥੋੜ੍ਹਾ ਜਿਹਾ ਵਲੋਗ। ਇਟਸ ਟੂ ਲੇਟ, ਐਂਡ ਮੈਂ ਕੋਟ ਵੀ ਨਹੀਂ ਪਾਇਆ, ਪਤਾ ਮੈਂ ਬਹੁਤ ਰੇਨਿੰਗ ਨਾ ਹੋ ਜਾਊ, ਮਾਈ ਗੁੱਡਨੈਸ। ਸੋ ਓ ਮਾਈ ਗੋਡ, ਸੋ ਚੱਲਦੇ ਹਾਂ ਬਾਅਦ ਵਿੱਚ ਮਿਲਦੇ ਹਾਂ। ਸੋ ਗਾਈਸ, ਫਾਈਨਲੀ ਮੈਂ ਚੱਲੀ ਬੱਚੇ ਪਿੱਕ ਕਰਨ। ਲੱਕੀ ਰੇਨਿੰਗ ਨਹੀਂ ਪੈਂਦੀ, ਸਵੇਰੇ ਪੈ ਕੇ ਹਟ ਚੁੱਕੀ ਹੈ ਫਲੋ, ਤੁਸੀਂ ਵੇਖਦੇ ਗਿੱਲਾ ਹੈ ਨਾ। ਸੋ ਫਾਈਨਲੀ ਹੁਣ ਮੈਂ ਫਟਾਫਟ ਚੱਲਦੀ ਹਾਂ। ਬੱਦਲ ਵੈਸੇ ਕਾਫੀ ਗ੍ਰੇ ਗ੍ਰੇ ਹੋਏ ਹੋਏ ਆ, ਪਤਾ ਨਹੀਂ ਇੱਥੇ ਇੰਨਾ ਲਾਈਕ ਮੀਂਹ ਬਹੁਤ ਹੀ ਪੈਂਦਾ ਆ ਕੰਟਰੀ ਵਿੱਚ। ਸੋ ਹੁਣ ਵੇਖੋ ਬੱਦਲਾਂ ਦਾ ਹਾਲ। ਸੋ ਫਾਈਨਲੀ ਗਾਈਸ, ਮਿਲਦੀ ਹੈ ਤੁਹਾਨੂੰ ਬਾਅਦ ਵਿੱਚ। ਸੋ ਮੈਂ ਮਸ਼ੀਨ 'ਚ ਆਈ, ਮਸ਼ੀਨ ਤਾਂ ਬ੍ਰੋਕਨ ਪਈ ਹੈ। ਸੋ ਲੈਟਸ ਗੋ, ਵੜ ਗਈ ਅੰਦਰ। ਸਿੰਘ ਤਾਂ ਆਲਵੇਜ਼ ਸ਼ੋਪ 'ਤੇ ਵੜਦਾ ਰਹਿੰਦਾ ਨਾ, ਆਲਵੇਜ਼। ਗਾਈਸ, ਬੱਚਿਆਂ ਨੂੰ ਨਾ ਆਲਵੇਜ਼ ਹੁੰਦਾ ਕਿ ਸ਼ੋਪ 'ਤੇ ਲੈਣੀ ਆ ਸਮਾਨ, ਅਤੇ ਜਦੋਂ ਆਉਂਦੇ ਆ ਨਾ ਉਸੇ ਸ਼ੋਪ 'ਤੇ ਵੜ ਜਾਂਦੇ ਆ। ਆ ਜਾਓ ਹੁਣ, ਆ ਜਾਓ। ਸੋ ਗਾਈਸ, ਫਤਿਹ ਸਿੰਘ ਕਹਿੰਦਾ ਮੰਮੀ ਬਹੁਤ ਹੀ ਪਿਆਰੇ ਫਲਾਵਰ ਆਏ ਆ, ਅਤੇ ਵੇਖੋ ਅਸੀਂ ਫਲਾਵਰ ਦੇਖਣ ਦੇ ਹੀ, ਅਤੇ ਬਹੁਤ ਹੀ ਪਿਆਰੇ ਪਿਆਰੇ ਲੱਗੇ ਆ, ਨੀਲੇ ਨੀਲੇ ਫਲਾਵਰ, ਕਿੰਨੇ ਪਰਪਲ। ਓ ਮਾਈ ਗੁੱਡਨੈਸ, ਸੋ ਬਿਊਟੀਫੁਲ। ਫਤਿਹ ਸਿੰਘ ਨੇ ਸਾਨੂੰ ਕਿਹਾ ਹੈ। ਸੋ ਗਾਈਸ, ਜਿਹਨੂੰ ਸਵੇਰੇ ਨਾ ਇੰਨੀ ਰੇਨਿੰਗ ਹੁੰਦੀ ਸੀ, ਟੂਡੇ ਮੋਰਨਿੰਗ ਇੰਨੀ ਰੇਨਿੰਗ ਸੀ, ਅਤੇ ਫਤਿਹ ਦਾ ਨਾ ਅਸੀਂ ਕਾਲੀ ਕਾਲੀ ਅਮਰੇਲਾ ਫਤਿਹ ਨੇ ਖੋਲ੍ਹਿਆ, ਅਤੇ ਇੱਥੋਂ ਥੋੜ੍ਹਾ ਜਿਹਾ ਬ੍ਰੋਕਨ ਹੋਇਆ, ਅਤੇ ਉੱਥੇ ਛੱਡ ਗਈ ਸੀ, ਫਿਰ ਆਏ ਅਤੇ ਇਹਨੇ ਚੁੱਕਿਆ ਅਤੇ ਸਾਰਾ ਹੀ ਬ੍ਰੋਕਨ ਹੋ ਗਿਆ। ਅੱਜ ਅਮਰੇਲਾ ਹੀ ਟੁੱਟ ਗਿਆ ਮੇਰੇ ਮੁੰਡੇ ਦਾ। ਸੋ ਸੈਡ, ਫਤਿਹ ਵਿਖਾਈ ਸੈਡ ਮੂੰਹ, ਸ਼ੈਡ ਮੂੰਹ ਵਿਖਾ, ਸ਼ੈਡ ਹੋ ਗਿਆ ਮੇਰਾ ਫਤਿਹ। ਓ ਡੋਂਟ ਵਰੀ, ਆਈ ਬਾਏ ਫਰ ਨਿਊ ਵਨ, ਓਕੇ? ਯਾ ਬਾਈ, ਯੂ ਕੈਨ ਕਲੋਜ਼, ਇਟਸ ਬ੍ਰੋਕਨ, ਇਟ ਲੁੱਕ ਇਜ਼ ਬ੍ਰੋਕਨ, ਆਲ ਆਫ ਬ੍ਰੋਕਨ, ਯੂ ਕੈਨ ਕਲੋਜ਼, ਪੁੱਟ ਇਨ ਦਾ ਬਿਨ, ਕਮ ਔਨ ਦੈਨ ਕੁਇਕਲੀ, ਪੁੱਟ ਇਨ ਦਾ ਬਿਨ ਕੁਇਕ, ਪੁੱਟ ਇਟ ਓਵਰ ਦੇ, ਮੇ ਬੀ ਸਮਵਨ ਟੁੱਕ ਇਟ, ਲੀਵ ਇਟ, ਪੁੱਟ ਇਨ ਦੇ, ਲੀਵ ਹੇਅਰ, ਲੀਵ ਹੇਅਰ, ਕਮ, ਲੀਵ ਹੇਅਰ, ਮੇ ਬੀ ਸਮਵਨ ਟੁੱਕ ਇਟ, ਡੋਂਟ ਵਰੀ। ਸੋ ਲੈਟਸ ਗੋ, ਡੋਂਟ ਵਰੀ ਬਾਈ, ਆਈ ਕੈਨ ਬਾਈ ਫਰ ਨਿਊ ਵਨ, ਓਕੇ? ਡੋਂਟ ਵਰੀ, ਆਈ ਬਾਈ ਫਰ ਨਿਊ ਵਨ ਫੋਰ ਮਾਈ ਸਨ, ਕਮ ਬੋਏ, ਕਮ ਔਨ। ਸੋ ਗਾਈਸ, ਫਾਈਨਲੀ ਫਤਿਹ ਸਿੰਘ ਆ ਚੁੱਕਾ ਹੈ ਘਰ। ਫਤਿਹ ਸਿੰਘ, Hi guys, welcome back to the channel, last is 5. Good boy, and guys, you know that your broken ho gaya si? Mera brother broken ho gaya. Oh, don't worry, I can buy for new one. So finally guys, punchi a car, te pinni a cup of tea, te banoni a dinner, te dekhonni a tannu. So, fatta fatta chalde ya making dinner, dinner. Fateh Singh? Fateh? Oh, so sleepy, tired. I think he's so tired. And his uniform bhi nahi kholi school di. Aande hi so gaya munda. Oh, show baby, my little baby. Kapda bhi ne rajai par sutt ke amma ji ne so gaya. Lalle, kapde change karne? Chal baad vich kar le. Chal so ja, main kapde ne kar denni tenu. You know guys, Fateh Singh school lo aaya ekdam hi tired te main keh ji pag khol denni ha. He's so tired. He's tired hundi na. ਸੋ ਵਾਰੀ ਮੈਂ ਪੱਗ ਖੋਲ੍ਹ ਦਿੱਤੀ, ਮੈਂ ਕਿਹਾ ਬੱਚਾ ਰੈਸਟ ਕਰ ਲੈਂਦਾ ਘੜੀ, ਚੱਲ ਇਹਨੂੰ ਕਵਰ ਕਰ ਦਿੰਦੀ ਹਾਂ। ਗਾਈਸ, ਇਹਨੂੰ ਮੈਂ ਕਵਰ ਕਰਤਾ, ਮੇਰਾ ਬੇਬੀ ਹੀ ਸੋ ਟਾਇਰਡ। ਚਲੋ ਜੀ, ਇਹ ਘੜੀ ਰੈਸਟ ਕਰਦਾ ਅਤੇ ਫਿਰ ਮੰਮੀ ਬਣਾਉਂਦੀ ਹੈ ਡਿਨਰ, ਫਿਰ ਇਹਨੂੰ ਉਠਾਊਂਗੀ ਬਾਅਦ ਵਿੱਚ।
ਸੋ ਗਾਈਸ ਮੈਂ ਸਟਾਰਟ ਕਰਦੀ ਹਾਂ ਡਿਨਰ ਬਣਾਉਣਾ। ਮੈਂ ਇੱਥੇ ਨਾ ਆਪਣਾ ਐਵੋਕਾਡੋ ਰੱਖਿਆ ਖਾਣ ਵਾਸਤੇ ਹੁਣ। ਸੋ ਆਹ ਨਾ ਮੇਰੀ ਕੱਲ੍ਹ ਦੀ ਸਬਜ਼ੀ ਪਈ ਸੀ ਆਲੂ ਗੋਭੀ ਦੀ, ਥੋੜ੍ਹੀ ਜਿਹੀ ਬਚੀ ਆ। ਮੈਂ ਕਿਹਾ ਛੋਟੀ ਕੌਲੀ 'ਚ ਕੱਢ ਲੈਂਦੀ ਹਾਂ ਅਤੇ ਫਿਰ ਮੈਂ ਡਿਨਰ ਦੀ ਕਰਦੀ ਹਾਂ ਤਿਆਰੀ, ਇਹਨੂੰ ਵਾਸ਼ ਕਰਕੇ, ਬਸ ਇਹਦੇ ਵਿੱਚ ਸਬਜ਼ੀ ਬਣਾਉਂਦੀ ਹਾਂ ਅੱਜ। ਮੈਂ ਇਹਦੇ ਵਿੱਚ ਕੱਢ ਲਈ ਹੈ ਸਬਜ਼ੀ, ਸੋ ਇਹਨੂੰ ਕਰ ਦਿੰਦੀ ਹਾਂ ਵਾਸ਼। ਗਾਈਸ ਅੱਜ ਮੇਰੀ ਕਿਸਮਤ ਮਾੜੀ, ਪਤਾ ਕੀ ਹੋਇਆ, ਮੈਂ ਨਾ ਕੱਟਿਆ ਸਾਰਾ ਖਰਾਬ ਨਿਕਲਿਆ। ਅੱਜ ਮੇਰੀ ਕਿਸਮਤ ਮਾੜੀ ਨਿਕਲੀ, ਮੇਰੀ ਅੱਜ ਕਿਸਮਤ ਮਾੜੀ ਨਿਕਲੀ। ਪਤਾ ਕੀ ਹੋਇਆ ਅੱਜ ਮੇਰੇ ਨਾਲ, ਅੱਜ ਨਾ ਮੈਂ ਐਵੋਕਾਡੋ ਲੈ ਕੇ ਆਈ ਹਾਂ, ਸਾਰਾ ਖਰਾਬ ਨਿਕਲਿਆ। ਗਾਈਸ ਯੂ ਨੋ 149 ਦਾ, ਅਤੇ ਮੈਂ ਕਿਹਾ ਵੇਟ ਕਰੋ ਮਜ਼ਾਕ ਨਾ, ਤੁਹਾਨੂੰ ਦੱਸਦੀ ਹਾਂ ਪਤਾ, ਅੱਜ ਮੇਰਾ ਐਵੋਕਾਡੋ ਖਰਾਬ ਤੋਂ ਹੀ ਨਿਕਲਿਆ ਨਾ। ਯੂ ਨੋ ਇਟ ਸੋ ਐਕਸਪੈਂਸਿਵ, ਯੂ ਨੋ ਦਾ 149 ਦਾ ਈਚ, ਤਾਂ ਸਟਿੱਕਰ ਵੀ ਲੱਗਾ ਹੋਇਆ ਆ, ਤਾਂ ਇੰਨੇ ਲੋਕ ਖਰਾਬ ਆ ਕਿ ਆ ਵੇਲੋ ਗਲੀ ਸਾਡੀ ਚੀਜ਼ ਦਿੰਦੇ ਆ ਸਾਰਾ। ਮੈਂ ਤੁਹਾਨੂੰ ਲਾਗੋ ਦੀ ਕੈਮਰਾ ਕਰਕੇ ਦਿਖਾਉਂਦੀ ਹਾਂ, ਓਕੇ, ਮੈਂ ਹੁਣੇ ਦਿਖਾਉਂਦੀ ਹਾਂ ਤੁਹਾਨੂੰ ਲਾਗੋ ਦੀ ਕੈਮਰਾ। ਆਹ ਵੇਖੋ ਗਾਈਸ, ਅਜੇ ਨਾ ਮੈਂ ਬਸ ਕੱਟਿਆ ਹੀ ਆ, ਮੈਂ ਖਾਣ ਹੀ ਲੱਗੀ ਸੀ, ਇੰਨਾ ਖਰਾਬ ਨਿਕਲਿਆ ਆ ਸਾਰਾ ਇੱਥੋਂ ਵਿੱਚੋਂ। ਅਤੇ ਮੈਂ ਇਹਨੂੰ ਵੀ ਬਾਹਰ ਮੋਟੇ ਨੂੰ ਬਾਹਰ ਕੱਢਿਆ, ਇਹਨੂੰ ਮੋਟੇ ਨੂੰ, ਅਤੇ ਇਹਦੇ ਵਿੱਚੋਂ ਵੀ ਖਰਾਬ ਨਿਕਲਿਆ, ਮੋਟਿਆ ਬਾਹਰ ਤੋਂ ਨਿਕਲ। ਆਹ ਵੇਖੋ ਗਾਈਸ, ਆਹ ਸਾਰਾ ਖਰਾਬ ਨਿਕਲਿਆ ਜੀ। ਇਹਨਾਂ ਦੇ ਲੋਕ ਆ, ਯੂ ਨੋ ਸੋ ਐਕਸਪੈਂਸਿਵ ਹੈ, ਵਿਖਾੜਾ ਵੇਚਦੇ ਆ 149 ਦਾ ਈਚ, ਵੇਲੋ ਮੈਨੂੰ ਸੋਰੀ ਖਰਾਬ ਦਿੱਤਾ। ਆਹ ਹੁਣ ਮੈਂ ਬੈਗ 'ਚ ਪਾ ਕੇ ਨਾ ਵਾਪਸ ਲੈ ਕੇ ਚੱਲੀ ਹਾਂ, ਅਤੇ ਇਹਨਾਂ ਨੂੰ ਮੈਂ ਦੱਸ ਕੇ ਆਉਂਦੀ ਹਾਂ। ਪਹਿਲਾਂ ਮੈਂ ਡਿਨਰ ਬਣਾ ਕੇ ਜਾਂਦੀ ਹਾਂ, ਹੋਰ ਕਾਲਾ ਹੋ ਜੂਗਾ ਉਹਨਾਂ ਚਿਕਰ ਪਿਆ ਪਿਆ। ਫਿਰ ਇਹਨਾਂ ਨੂੰ ਕਹਿੰਦੀ, ਆਹ ਤੁਹਾਡਾ ਵੇਖੋ ਸਾਰਾ ਐਵੋਕਾਡੋ ਨਾ ਕਾਲਾ ਨਿਕਲਿਆ, ਅਤੇ ਇਹਨੂੰ ਹੁਣ ਰੱਖੋ ਅਤੇ ਮੇਰੇ ਪੈਸੇ ਵਾਪਸ ਕਰੋ। ਵੇਟ ਕਰੋ, ਤੁਹਾਨੂੰ ਮੈਂ ਦੱਸਦੀ ਹਾਂ, ਤੁਹਾਨੂੰ ਪੰਗਾ ਕਿਹਦੇ ਨਾਲ ਪਿਆ, ਉਹ ਮੇਰੇ ਨਾਲ ਪਿਆ ਆ। ਸੋ ਗਾਈਸ ਜਦੋਂ ਮੈਂ ਨਾ ਇਹਨੂੰ ਲਿਆ, ਤਾਂ ਇੰਨਾ ਕਲਰ ਸੋਹਣਾ ਸੀ, ਇਹਦਾ ਕਹਿਣ ਦੀ ਗੱਲ ਨਹੀਂ, ਅਤੇ ਸੋਫਟ ਵੀ, ਲਾਈਕ ਹਾਰਡ ਸੀ, ਇਹ ਵੀ ਨਹੀਂ ਕਿ ਸੋਫਟ ਸੀ, ਜੇ ਸੋਫਟ ਹੁੰਦਾ ਤਾਂ ਮੈਂ ਲੈਣਾ ਨਹੀਂ ਸੀ, ਇੰਨਾ ਹਾਰਡ ਸੀ। ਆ ਵੇਖੋ ਮੈਂ ਪ੍ਰੈਸ ਕਰਨ ਦੀ ਹਾਂ, ਅਤੇ ਹੁੰਦਾ ਵੀ ਨਹੀਂ ਪਿਆ, ਇੰਨਾ ਹਾਰਡ ਆ ਇੱਥੇ। ਆ ਵੇਖੋ ਪ੍ਰੈਸ ਕਰੋ ਨਾ, ਇਜ਼ ਹਾਰਡ ਆ, ਅਤੇ ਮੈਂ ਹਾਰਡ ਹੀ ਓਲਵੇਜ਼ ਲੈਂਦੀ, ਸੋਫਟ ਮੈਂ ਘੱਟ ਹੀ ਲੈਂਦੀ ਹਾਂ, ਅਤੇ ਫਿਰ ਵੀ ਵਿੱਚੋਂ ਵੇਲੋ ਖਰਾਬ ਨਿਕਲਿਆ ਜੀ। ਸੋ ਮੈਂ ਹੁਣ ਚੱਲਦੀ ਹਾਂ, ਇਹਨਾਂ ਨੂੰ ਮੈਂ ਪਹਿਲਾਂ ਕਹਿ ਕੇ ਆਉਂਦੀ, ਫਿਰ ਆਣ ਕੇ ਡਿਨਰ ਬਣਾਉਂਦੀ ਹਾਂ, ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕੀ ਹੋਇਆ। Hi guys, so guys welcome back to my channel again. So Punjabi family, fun family, ਸਾਰਿਆਂ ਦਾ ਸਵਾਗਤ ਹਾਰਦਿਕ ਤੇ ਨਿਗਾ ਅਗੇਨ। ਸੋ ਗਾਈਸ ਬੱਚੇ ਆਏ ਸੀ ਸਕੂਲ ਤੋਂ, ਮੇਰਾ ਬੇਬੀ ਆਣ ਕੇ ਨਾ ਸੋ ਟਾਇਰਡ ਤੇ ਸਲੀਪ ਕਰ ਗਿਆ, ਫਿਰ ਮੈਂ ਕਿਹਾ ਮੈਂ ਵੀ ਨਾਲ ਥੋੜ੍ਹਾ ਜਿਹਾ ਸਲੀਪ ਕਰ ਲੈਂਦੀ ਹਾਂ। ਸੋ ਅਸੀਂ ਸਲੀਪ ਕੀਤਾ 1 ਆਵਰ, ਫਿਰ ਅਸੀਂ ਵੇਕਅਪ ਹੋਏ ਹਾਂ, ਅਤੇ ਫਿਰ ਫਤਿਹ ਸਿੰਘ ਆਪਣਾ ਖਾਣਾ ਪੀਣਾ ਜੋ ਸ਼ੋਪ ਤੋਂ ਲੈ ਕੇ ਆਇਆ ਸੀ ਉਹ ਖਾਂਦਾ ਪਿਆ, ਅਤੇ ਮੈਂ ਬਣਾਉਣ ਲੱਗੀ ਹਾਂ ਇੱਥੇ ਡਿਨਰ। ਸੋ ਡਿਨਰ ਵਿੱਚ ਅੱਜ ਦਾ ਸਪੈਸ਼ਲ ਆਹ, ਮੈਂ ਕੱਟ ਵੱਢ ਲਿਆ ਸਾਰਾ ਕੁਛ, ਇੱਥੇ ਰੱਖ ਲੈਂਦੀ ਹਾਂ ਕੱਟ ਵੱਢ ਕੇ। ਸੋ ਇਹਨੂੰ ਮੈਂ ਕੱਟ ਵੱਢ ਲਿਆ, ਸਪੈਸ਼ਲ ਦੱਸਾਂ ਕੀ ਆ, ਅੱਜ ਬਣਾਉਣ ਲੱਗੇ ਹਾਂ ਮਟਰ ਪਨੀਰ। ਸੋ ਫਾਈਨਲੀ ਅੱਜ ਮਟਰ ਪਨੀਰ ਬਣਾਉਣ ਲੱਗੇ ਹਾਂ, ਸੋ ਅੱਜ ਫਿਰ ਮਟਰ ਪਨੀਰ ਬਣਾਉਣ ਲੱਗੇ ਆ। ਸੋ ਇੱਥੇ ਲਾਈ ਆ ਮੈਂ ਕੜਾਹੀ, ਅੱਛਾ ਤੁਸੀਂ ਤਾਂ ਰੈਸਪੀ ਸਾਡੀ ਦੇਖ ਹੀ ਲਈ ਹੈ ਨਾ ਮਟਰ ਪਨੀਰ ਦੀ, ਫੋ ਮੇਰਾ ਬੇਬੀ ਫਤਿਹ ਸਿੰਘ, ਐਂਡ ਸੋ ਮੈਂ ਕੜਾਹੀ ਲਾ ਲਈ ਆ ਇੱਥੇ। ਸੋ ਜਦੋਂ ਬਣ ਜੂਗੀ ਤਾਂ ਫਿਰ ਤੁਹਾਨੂੰ ਦਿਖਾ ਲਾਂਗੇ, ਫਿਰ ਡਿਨਰ ਵੀ ਦੇਖ ਲਿਓ, ਫਿਰ ਨਾਈਟ ਟਾਈਮ ਦਾ ਵਲੋਗ ਵੀ ਦੇਖਿਓ, ਅਤੇ ਫਿਰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਵੀ ਕਰ ਦਿਓ। ਮਿਲਾਂਗੇ ਨਵੇਂ ਅਤੇ ਵਧੀਆ ਵਲੋਗ ਨਾਲ ਤੁਹਾਨੂੰ। ਓਕੇ ਗਾਈਸ, ਆਹ ਵਲੋਗ ਫੁੱਲ ਵਾਚ ਕਰਨਾ, ਲਾਈਕ ਸ਼ੇਅਰ ਸਬਸਕ੍ਰਾਈਬ। ਹਾਈ ਗਾਈਸ ਵੈਲਕਮ ਬੈਕ ਟੂ ਚੈਨਲ ਲਾਸਿਸ ਕਰ, ਤੇਰੇ ਅਸੀਂ ਹੁਣ ਮਟਰ ਪਨੀਰ ਬਣਾਉਣ ਲੱਗੀ ਮੰਮੀ, ਮਟਰ ਪਲੇਟ ਖਾਣਾ ਖਾਣਾ। ਯੂ ਨੋ ਗਾਈਸ, ਇਹ ਨਾ ਪੰਜਾਬੀ ਥੋੜ੍ਹੀ ਨਾ ਅਟਕ ਅਟਕ ਵਾਲੀ ਹੈ, ਜਿੱਦਾਂ ਨਾ ਅਸੀਂ ਛੋਟੇ ਹੁੰਦੇ ਇੰਗਲਿਸ਼ ਨਹੀਂ ਬੋਲ ਸਕਦੇ ਸੀ ਨਾ ਪ੍ਰੋਪਰ, ਇਸੇ ਤਰ੍ਹਾਂ ਇਹ ਪੰਜਾਬੀ ਨਹੀਂ ਬੋਲ ਸਕਦੇ ਪ੍ਰੋਪਰ, ਲਾਈਕ ਅਟਕ ਅਟਕ ਕੇ, ਬਟ ਬੋਲਦੇ ਆ, ਅੰਡਰਸਟੈਂਡ ਸਾਰੀ ਕਰਦਾ ਪੰਜਾਬੀ, ਪਰ ਬੋਲ ਬਹੁਤ ਘੱਟਦਾ, ਲਾਈਕ ਅਟਕ ਜਾਂਦਾ ਆ, ਅਤੇ ਅਸੀਂ ਇੰਗਲਿਸ਼ ਹੁਣ ਬੋਲ ਲੈਂਦੇ ਹਾਂ ਕੰਟਰੀਆਂ ਵਿੱਚ, ਅਤੇ ਆਹ ਬੱਚਿਆਂ ਨੂੰ ਥੋੜ੍ਹੀ ਪੰਜਾਬੀ ਵਿੱਚ ਥੋੜ੍ਹੀ ਜਿਹੀ ਔਖੀ ਆ, ਬਟ ਬੋਲ ਲੈਂਦਾ ਆ, ਅੰਡਰਸਟੈਂਡ ਸਾਰੀ ਕਰਦਾ। ਘਰ ਵਿੱਚ ਜਿਹੜੀ ਪੰਜਾਬੀ ਬੋਲਦਾ ਉਹ ਡੈਫੀਨੇਟਲੀ ਬੋਲਦੇ ਹਾਂ ਅਸੀਂ, ਇਸ ਕਰਕੇ ਮੈਂ ਪੰਜਾਬੀ ਵਲੋਗ ਹੀ ਬਣਾਉਂਦੀ ਹਾਂ, ਅਤੇ ਵਲੋਗ ਦਾ ਨਾਮ ਵੀ ਆ ਪੰਜਾਬੀ ਫੈਮਿਲੀ ਵਲੋਗ ਹੀ ਅਸੀਂ ਕਰਦੇ ਹਾਂ। ਓਕੇ ਗਾਈਸ, ਮਿਲ ਗਿਆ ਪੰਜਾਬੀ ਫੈਮਿਲੀ ਵਲੋਗ ਫੈਮਿਲੀ ਫਨ ਫੈਮਿਲੀ। ਸੋ
ਲਓ ਜੀ ਗਾਈਸ, ਇੱਥੇ ਮੇਰਾ ਗੁੱਝਿਆ ਗਿਆ ਆਟਾ, ਆਟਾ ਗੁੰਨ ਕੇ ਇੱਥੇ ਰੱਖ ਲਿਆ। ਇੱਥੇ ਥੋੜ੍ਹੇ ਜਿਹੇ ਚੌਲ ਬਾਲੇ, ਇਹਦੇ ਵਿੱਚ ਬਾਅਦ ਚੋਂ ਮਿਲਕ ਪਾ ਕੇ ਇਹਨੂੰ ਬਣਾ ਲਾਂਗੇ ਖੀਰ, ਅਤੇ ਤਵਾ ਧੋ ਕੇ ਇੱਥੇ ਰੱਖ ਲਿਆ। ਸੋ ਇੱਥੇ ਮੇਰੀ ਗਰਮਾ ਗਰਮ ਬਣ ਗਈ ਮਟਰ ਪਨੀਰ ਦੀ ਸਬਜ਼ੀ ਰਸਾ ਵਾਲੀ। ਸੋ ਫਾਈਨਲੀ ਥੋੜ੍ਹਾ ਪਾਣੀ ਹੋਰ ਸੁਕਾ ਲੈਂਦੇ ਹਾਂ ਅਤੇ ਫਿਰ ਕਰਾਂਗੇ ਡਿਨਰ ਦੀ ਤਿਆਰੀ। ਡਿਨਰ ਐਕਚੁਅਲੀ ਤਿਆਰੀ ਤਾਂ ਹੋ ਗਈ ਸਾਰੀ, ਐਂਡ ਡਿਨਰ ਤਾਂ ਬਣ ਕੇ ਤਿਆਰ ਆ। ਖੀਰ ਬਣਦੀ ਵੀ, ਆਟਾ ਗੁੰਨ ਲਿਆ ਅਤੇ ਸਬਜ਼ੀ ਬਣ ਚੁੱਕੀ ਆ, ਐਂਡ ਫਿਰ ਜਦੋਂ ਬਸ ਖਾਵਾਂਗੇ ਦਿਖਾ ਲਾਂਗੇ ਤੁਹਾਨੂੰ। ਅਤੇ ਤੁਸੀਂ ਪਲੀਜ਼ ਇੱਕ ਕੰਮ ਕਰਨਾ ਆ, ਲਾਈਕ ਕਰਨਾ ਆ, ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਦਾ ਬਟਨ ਇੱਥੋਂ ਪ੍ਰੈਸ ਕਰ ਦੇਣਾ। ਓਕੇ, ਆਹ ਕੰਮ ਜ਼ਰੂਰ ਕਰਿਓ ਅਤੇ ਡੈਫੀਨੇਟਲੀ ਮੇਰੇ ਚੈਨਲ ਨੂੰ ਵੇਖਿਆ ਕਰੋ ਐਵਰੀ ਵਨ ਐਵਰੀ ਡੇ। ਓਕੇ, ਥੈਂਕ ਯੂ ਗਾਈਜ਼, ਫੈਮਿਲੀ ਫੈਮਿਲੀ ਨੂੰ ਰੈਕਮੈਂਡ ਕਰ ਦਿਓ। ਬਾਏ ਗਾਈਜ਼, ਲੁੱਕ ਆਫਟਰ ਯੋਰਸੈਲਫ, ਬਾਏ, ਪੂਰਾ ਵਲੌਗ ਵੇਖਿਓ। ਓਕੇ, ਸੋ ਗਾਈਸ, ਦਿਸ ਇਜ਼ ਮੇਰਾ ਐਂਡ ਫਤਿਹ ਦਾ ਡਿਨਰ। ਸੋ ਫਾਈਨਲੀ ਫਤਿਹ ਨੂੰ ਮੈਂ ਬੈੱਡ 'ਚ ਕਰਾਉਂਦੀ ਹਾਂ, ਕਸ ਹੀ ਇਜ਼ ਅ ਟਾਇਰਡ ਬੋਏ ਬੋਏ। ਸੋ ਮਿਲਦੇ ਹਾਂ ਅਸੀਂ ਤੁਹਾਨੂੰ ਬਾਅਦ ਵਿੱਚ, ਚਲੋ ਵਲੌਗ ਜਦੋਂ ਨਾਈਟ ਵਿਖਾਉਂਦੇ ਹਾਂ। ਸੋ ਲਾਈਕ, ਸ਼ੇਅਰ, ਸਬਸਕ੍ਰਾਈਬ ਗਾਈਸ, ਬਾਏ।